ਲੈਤਾ ਲੱਗੇ ਲੈਤਾ ਜੋ ਕਿ ਅੱਜ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਉਹਦੇ ਵਿੱਚ ਆਈ ਸੰਗਤ ਸਮੂਹ ਮੈਂਬਰ ਸਾਹਿਬਾਨ ਸੂਹ ਧਾਰਮਿਕ ਜਥੇਬੰਦੀਆਂ ਔਰ ਜੋ ਵੀ ਦੂਰ ਨੇੜੇ ਸੰਗਤ ਆਈਆਂ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਨਵਾਣੇ ਦੇ ਸੇਵਾਦਾਰ ਦੇ ਕਹਿਣ 'ਤੇ ਮਾੜਾ ਜਿਹਾ ਕਹਿਣ 'ਤੇ ਹੀ ਜਿੰਨੀ ਜਥੇਦਾਰਾਂ ਦੀ ਸੰਗਤ ਇੱਥੇ ਪਹੁੰਚੀ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੇਰ ਹੈ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਸਹਿਯੋਗ ਦਿੰਦੇ ਰਹਿਣਗੇ ਅੱਜ ਦਾ ਜੋ ਮੁੱਖ ਮਕਸਦ ਉਸ ਮਾਰਚ ਇੱਥੇ ਧਰਨਾ ਰੱਖਿਆ ਗਿਆ ਸੀ ਉਹਦਾ ਇਹ ਸੀ ਕਿ ਪਿਛਲੇ ਲੰਬੇ ਸਮੇਂ ਤੋਂ 30 ਸਾਲ ਤੋਂ ਜਿਹੜੇ ਹੈ ਸਿੱਖ ਨੌਜਵਾਨਾਂ ਨੇ ਭਾਵੁਕ ਹੋ ਕੇ ਪੰਜਾਬ ਦੇ ਹਿੱਤਾਂ ਲਈ ਜਿਹੜੇ ਮੋਰਚੇ ਲੱਗਦੇ ਸੀ ਉਹਨਾਂ ਦੀ ਸੁਣਵਾਈ ਨਹੀਂ ਉਹਨਾਂ ਸਮਿਆਂ ਦੇ ਵਿੱਚ ਕੋਈ ਕੰਨ 'ਤੇ ਜ਼ਰੂਰੀ ਸਰਕਾਰ ਦੇ ਸਰਕੀ ਸੀ ਉਹਨਾਂ ਨੇ ਭਾਵੁਕ ਹੋ ਕੇ ਕੁਝ ਇਹੋ ਜਿਹੇ ਕੰਮ ਕੀਤੇ ਕਿ ਸਰਕਾਰ ਨੂੰ ਪਤਾ ਲੱਗ ਸਕੇ ਉਹਨਾਂ ਦੀ ਬਦੌਲਤ ਅੱਜ ਪੰਜਾਬ ਦੀ ਨਹਿਰ ਦਾ ਜਿਹੜਾ ਇੱਕ ਮਸਲਾ ਸੀ ਇੱਕ ਹੋਰ ਵੱਡੇ ਮਸਲੇ ਸੀ ਉਹ ਸਾਰੇ ਸਰਕਾਰ ਨੂੰ ਇੱਕ ਵਾਰੀ ਰੋਕਣੇ ਪਏ ਜਿਹੜਾ ਪੰਜਾਬ ਦਾ ਪਾਣੀ ਸੀ ਅੱਜ ਤੋਂ 30 ਸਾਲ ਪਹਿਲਾਂ ਜਦੋਂ 1983 ਦੇ ਵਿੱਚ ਇੰਦਰਾ ਗਾਂਧੀ ਨੇ ਟੱਕ ਲਾਇਆ ਸੀ ਤਾਂ ਉਸ ਵੇਲੇ ਸਾਰਾ ਹਰਿਆਣੇ ਨੂੰ ਲੈ ਜਾਣਾ ਸੀ ਉਸ ਰਾਜਸਥਾਨ ਨੂੰ ਦਿੱਲੀ ਨੂੰ ਲੈ ਜਾਣਾ ਸੀ ਇਹ ਉਹਨਾਂ ਦੀ ਬਦੌਲਤ ਹੈ ਅਤੇ ਅੱਜ ਉਹ ਜਿਹੜਾ ਪਾਣੀ ਰੁਕ ਸਕਿਆ ਉਹਨਾਂ ਨੇ ਕੋਈ ਆਪਣੇ ਘਰ ਵਾਸਤੇ ਨਹੀਂ ਕੀਤਾ ਸੀ ਘਰ ਵਾਸਤੇ ਨਹੀਂ ਕੀਤਾ ਸੀ ਪੰਜਾਬ ਦੇ ਜਿਹੜੇ ਬਹੁਤ ਵੱਡੇ ਹਿੱਤ ਸੀ ਉਹਨਾਂ ਵਾਸਤੇ ਇਹ ਜਿਹੜੇ ਕਦਮ ਚੁੱਕੇ ਸੀ ਇਹ ਜਿਹੜਾ ਮਸਲਾ ਸੀ ਕੋਈ ਉਹਨਾਂ ਦਾ ਘਰ ਦਾ ਨਹੀਂ ਸੀ ਸਾਰੀ ਕੌਮ ਦਾ ਮਸਲਾ ਸੀ ਉਸ ਕਰਕੇ ਉਹਨਾਂ ਨੇ ਕੋਈ ਇਹੋ ਜਿਹੇ ਕਦਮ ਚੁੱਕੇ ਦੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਸਜ਼ਾਵਾਂ ਉਹਨਾਂ ਦੀਆਂ ਜਿਹੜੀਆਂ ਬੜੇ ਲੰਬੇ ਸਮੇਂ ਦੀਆਂ ਪੂਰੀਆਂ ਹੋਈਆਂ ਅਤੇ ਪਰ ਫਿਰ ਵੀ ਸਰਕਾਰ ਜਿਹੜੀ ਹੈ ਬਹੁਤ ਵੱਡੀ ਜਾਪਤੀ ਕਰਕੇ ਉਹਨਾਂ ਨੂੰ ਜ਼ਿਲ੍ਹਾ ਤੋਂ ਬਾਹਰ ਨਹੀਂ ਕਰ ਰਹੀ ਜੋ ਕਿ ਉਹਨਾਂ ਨੂੰ ਦੱਸਣ ਵਾਸਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੀ ਗਿਣਤੀ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਧਰਨੇ ਲਾਏ ਗਏ ਔਰ ਡੀਸੀਆਂ ਨੂੰ ਜਿਹੜੇ ਮੰਗ ਪੱਤਰ ਦਿੱਤੇ ਗਏ ਅੱਜ ਦਾ ਇਹ ਮਸਲਾ ਸੀ